ਪੰਜਾਬੀ ਸਾਹਿਤ ਨਾਲ ਮੁਹੱਬਤ ਕਰਨ ਵਾਲੇ ਮੇਰੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਦੋਸਤੋ, ਦਸਤਾਵੇਜ਼ ਯੂਟਿਊਬ ਚੈਨਲ 'ਤੇ ਤੁਹਾਡੇ ਆਪਣੇ ਹੀ ਨਿਰੰਜਨ ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ। ਦੋਸਤੋ, ਇਸ ਚੈਨਲ 'ਤੇ ਹਰ ਬੁੱਧਵਾਰ ਵਾਲੇ ਦਿਨ ਅਸੀਂ ਪੰਜਾਬੀ ਸਾਹਿਤ ਦੀ ਕਿਸੇ ਨਵੀਂ ਛਪੀ ਪੁਸਤਕ ਬਾਰੇ ਵਿਸ਼ੇਸ਼ ਚਰਚਾ ਕਰਦੇ ਹਾਂ ਅਤੇ ਇਹਨਾਂ ਹੀ ਯਤਨਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਆਪਾਂ ਸਾਡੀ ਪ੍ਰਬੁੱਧ ਕਵਿਤਰੀ ਅਤੇ ਤ੍ਰੈਮਾਸਿਕ ਏਕਮ ਦੀ ਸੰਪਾਦਕ ਅਰਤਿੰਦਰ ਸੰਧੂ ਦੇ ਨਵੇਂ ਪ੍ਰਗੀਤ ਸੰਗ੍ਰਹਿ ਚਾਨਣੀ ਦੇ ਦੇਸ਼ ਵਿੱਚ ਬਾਰੇ ਕੁਝ ਗੱਲਾਂ ਕਰਾਂਗੇ। ਦੋਸਤੋ, ਅਰਤਿੰਦਰ ਸੰਧੂ ਸਮਕਾਲੀ ਪੰਜਾਬੀ ਕਵਿਤਾ ਦੇ ਖੇਤਰ 'ਚ ਇੱਕ ਵੱਡਾ ਨਾਂ ਹੈ। ਉਸ ਵੱਲੋਂ ਕਵਿਤਾ ਦੇ ਖੇਤਰ 'ਚ 15 ਮੌਲਿਕ ਕਾਵਿ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਅਤੇ ਇਸ 'ਤੇ ਬਹੁਤ ਸਾਰਾ ਖੋਜ ਕਾਰਜ ਵੀ ਹੋਇਆ। ਉਸ ਦੀ ਕਵਿਤਾ ਵੱਡੇ ਪੱਧਰ 'ਤੇ ਅਨੁਵਾਦਿਤ ਹੋ ਕੇ ਹਿੰਦੀ ਭਾਸ਼ਾ ਦੇ ਪਾਠਕਾਂ ਦੇ ਵਿਸ਼ਾਲ ਘੇਰੇ 'ਚ ਪਹੁੰਚੀ ਹੈ। ਉਸ ਸੁਰ, ਲੈ ਅਤੇ ਤਾਲ ਵਰਗੇ ਸਰੂਦੀ ਗੁਣਾਂ ਦੀ ਬੰਦਿਸ਼ ਨੂੰ ਕਬੂਲਣ ਵਾਲੀ ਪ੍ਰਗੀਤਕ ਕਵਿਤਾ ਵੀ ਲਿਖੀ ਹੈ ਅਤੇ ਇਸ ਬੰਦਿਸ਼ ਤੋਂ ਮੁਕਤ ਖੁੱਲ੍ਹੀ ਕਵਿਤਾ ਵੀ। ਉਸ ਦੀ ਕਵਿਤਾ ਦੇ ਵੱਡੇ ਪਾਰਖੂ ਡਾਕਟਰ ਮੋਹਨ ਸਿੰਘ ਤਿਆਗੀ ਵੱਲੋਂ ਸੰਪਾਦਿਤ ਉਸ ਦੀਆਂ ਪ੍ਰਗੀਤਕ ਕਵਿਤਾਵਾਂ ਦੇ ਸੰਗ੍ਰਹਿ ਚਾਨਣੀ ਦੇ ਦੇਸ਼ ਵਿੱਚ ਵਿਚਲਾ ਪ੍ਰਗੀਤ ਭਾਵਨਾਤਮਕ ਅਤੇ ਵਿਚਾਰਧਾਰਕ ਦੋਵਾਂ ਧਰਾਤਲਾਂ 'ਤੇ ਪਾਠਕਾਂ ਦੀ ਸੋਝ ਸੰਤੁਸ਼ਟੀ ਕਰਾਉਣ ਵਾਲਾ ਹੈ। ਇਹ ਪ੍ਰਗੀਤਕ ਰਚਨਾਵਾਂ ਉਸ ਦੀ ਵਿਅਕਤੀਗਤ ਹੋਂਦ ਨਾਲ ਜੁੜੇ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਮਨੋਵਿਗਿਆਨਕ ਸਰੋਕਾਰਾਂ ਦੀ ਅਭਿਵਿਅਕਤੀ ਵੀ ਕਰਦੀਆਂ ਨੇ ਅਤੇ ਉਸ ਦੇ ਅੰਤਰ ਮਨ ਦੀ ਦਸ਼ਾ ਨੂੰ ਵੀ ਰੂਪਮਾਨ ਕਰਦੀਆਂ ਨੇ। ਦੋਸਤੋ, ਉਸ ਦੀ ਪ੍ਰਗੀਤਕ ਕਵਿਤਾ ਚਾਨਣ ਹਨੇਰੇ, ਆਸ਼ਾ ਨਿਰਾਸ਼ਾ, ਧੁੱਪ ਛਾਂ, ਖੁਸ਼ੀ ਗਮੀ, ਜਿੰਦਾਦਲੀ ਬੁਜਦਲੀ, ਪਿਆਰ ਨਫ਼ਰਤ, ਸੁੱਖ ਦੁੱਖ, ਟੁੱਟਣ ਜੁੜਨ, ਸਵੇਰ ਸ਼ਾਮ ਅਤੇ ਸਹਿਜਤਾ ਭਟਕਣਾ ਆਦਿ ਵਿਰੋਧੀ ਜੁੱਟਾਂ ਵਿਚਲੇ ਤਣਾਵਾਂ, ਟਕਰਾਵਾਂ ਅਤੇ ਦੁਬੰਧਾਂ ਨੂੰ ਪ੍ਰਭਾਸ਼ਿਤ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਵਿਰੋਧੀ ਜੁੱਟਾਂ ਦੀਆਂ ਦੋਵੇਂ ਸ਼ਾਬਦਿਕ ਇਕਾਈਆਂ ਇੱਕ ਦੂਸਰੇ ਦੀਆਂ ਵਿਰੋਧੀ ਵੀ ਨੇ ਅਤੇ ਪੂਰਕ ਵੀ ਨੇ। ਜਿਵੇਂ ਹਨੇਰਾ ਚਾਨਣ ਦਾ ਵਿਰੋਧੀ ਹੋਣ 'ਤੇ ਵੀ ਉਸ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ, ਉਵੇਂ ਹਰ ਵਿਰੋਧੀ ਜੁੱਟ ਦੀ ਇੱਕ ਇਕਾਈ ਦੂਸਰੇ ਦੀ ਪੂਰਕ ਬਣਦੀ ਹੈ। ਅਰਤਿੰਦਰ ਸੰਧੂ ਦੀ ਕੋਸ਼ਿਸ਼ ਇਹਨਾਂ ਵਿਰੋਧੀ ਜੁੱਟਾਂ ਵਿੱਚੋਂ ਜੀਵਨ ਨੂੰ ਹਾਂਦਰੂ ਦਿਸ਼ਾ ਦੇਣ ਵਾਲੀ ਭਾਵਨਾਤਮਕ ਇਕਾਈ ਨੂੰ ਪ੍ਰਮੁੱਖਤਾ ਦੇਣ ਦੀ ਹੈ। ਇਸ ਲਈ ਉਹ ਆਪਣੇ ਗੀਤਾਂ ਦੀ ਉਦਾਸ ਰੂਹ ਨੂੰ ਵੀ ਜ਼ਿੰਦਗੀ ਦਾ ਹੁਲਾਸ ਤਲਾਸ਼ ਕਰਨ ਦੀ ਜ਼ਿੰਮੇਵਾਰੀ ਸੌਂਪਦੀ ਹੈ। ਮੇਰੇ ਗੀਤਾਂ ਦੀ ਉਦਾਸ ਰੂਹੇ ਦੱਸ ਅੜੀਏ, ਕਿਵੇਂ ਜੀਣ ਵਾਲੀ ਸੁਰ ਅਸੀਂ ਹੱਥ ਫੜੀਏ, ਨਿੱਤ ਸੋਚ ਰਹਿੰਦੀ ਉਧੜੇ ਲਿਬਾਸ ਸਿਲਦੀ, ਗੁੰਮ ਤੰਦਾਂ ਦੀ ਵੀ ਕਿਧਰੇ ਨਾ ਰਾਸ ਮਿਲਦੀ, ਕਿੰਜ ਜ਼ਿੰਦਗੀ ਦੇ ਖੁੱਸੇ ਜਾਂਦੇ ਲੜ ਫੜੀਏ, ਮੇਰੇ ਗੀਤਾਂ ਦੀ ਉਦਾਸ ਰੂਹੇ ਦੱਸ ਅੜੀਏ। ਉਸ ਵੇਲੇ ਅਰਤਿੰਦਰ ਸੰਧੂ ਦੀ ਪ੍ਰਗੀਤਕ ਕਵਿਤਾ ਦਾ ਸਿਰਜਣਾਤਮਕ ਜਲਾਓ ਹੋਰ ਵੀ ਵੱਧ ਜਾਂਦਾ ਹੈ ਜਦੋਂ ਇਹ
थकी टुटी ते निराश हुई जिंदगी दी पुनर उसारी करन दी कोशिश करदियां हनेरे दा रूपांतरण चानण च करन दा दम भरदी है। जदों उस दे सहां अंदर वसी सिल वगदी हवा नाल मिलके जिंदगी दा राग छेड़दी है। कविता सोचदी रची तू सुन जा उस दे ख्याल नफरत दे राग विच ते पीड़ा दे बाग च खिलरी ते गुम हुई जिंदगी दा ताना बाना फिर तो मुड़दे ने। कविता मेरे ख्याल सुर चुनो ता यह रूपांतरण होर भी प्रभावी हो जाता है। जिंदगी च मिलियां अस्थाई हारां उसनू कुछ समय लई विचलित करदियां ने पर उस अंदरली जुझारू शक्ति प्रतिकूल स्थितियां नू भी अनुकूल बनाउण दी समर्था रखती है। उसकी कविता ना सिर्फ जीवन दे बिखड़े रहां दी चुनौती नू कबूलदी है सगों प्रतिकूल स्थितियां नू होर जोर लाउण लई भी वंगारदी है। लई जा जोर जिंदगी नहीं टुटना मैं तैथों आसानी नाल लचक मेरी कमजोरी नहीं आदत है जिंद दी निशानी दे नाल। इह प्रगीत कविता जदों विश्वीकरण दी तेज रफ्तार आमद बिड़क लैंदी है तां इस नूं लगदा है कि सारी दुनिया नूं इक पिंड विच बदलण दा एजेंडा लोक कल्याणकारी नहीं सगों लुट ते मुनाफेखोरी ते ही आधारित है। उस दी कविता दी चिंतनी सुर विश्व पिंड दे उसार पिछे छुपे लुकमे एजेंडे नूं रूपमान करदी है तां इस उसार दा मानवता विरोधी खासा चंगी तरह स्पष्ट हो जांदा है। उस दे चिंतन अनुसार गोल मोल विश्वी पिंड दी उसारी मनुखी किरत दे सारे साधनां नूं अपने कब्जे च लेके ही कीती जा रही है ते विश्व पिंड दे नां ते असल च विश्व बाजार दी स्थापना हो रही है। ये बाजार लोकां दियां उपभोगी जरूरतां च वाधा करके उन्हां दे सुपनियां नूं मंडी दे रंगां च बदल रहा है ते इस दी नज़र किसान दी भोए मालकी नाल जुड़े सुपनियां ते भी बराबर रूप च बनी हुई है। तुर पए हाँ गोल मोल पिंड बनाउण लई अपने सारे संद उस दी झोल पाउण लई तिरछी नज़र ते तर हवावां दर ते आईयां खेतां दे सुपने पीस के सुरमा बनाउण लई सुपने साडे घोल के मंडी ने बना लए रंग चावां विच असी सारे हाँ रंग पवाउण लई। दोस्तों विश्व बाजार वल्लों सिरजे ग्लैमर दी चकाचौंध कारण भावें इस दे मनुखता नूं तबाह करन वाले मनसूबे अजे नंगी अख नाल विखाई नहीं दे रहे पर एक चिंतक वजों अरतिंदर संधु दी तीसरी अख अपने समकाली समाजिक ते आर्थिक वर्तारियां दे मनुखता विरोधी खासे नूं चंगी तरह पछाण रही है। उस दी नज़र विचों लंघ रहे इन्हां वर्तारियां विचों ਇਹ ਸੱਚ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਵਿਸ਼ਵੀ ਬਾਜ਼ਾਰ ਨੇ ਸਿਰਫ ਵਸਤੂਆਂ ਹੀ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਵੀ ਵਿਕਾਊ ਬਣਾ ਦਿੱਤੀਆਂ ਨੇ। ਹਰ ਸ਼ਹਿਰ ਵਿਕਾਊ ਹੈ ਸੱਜਣਾ ਹਰ ਲਹਿਰ ਵਿਕਾਊ ਹੈ ਸੱਜਣਾ ਸਾਡੇ ਇਸ ਆਲੇ ਭੋਲੇ ਮਾਲੀ ਦੀ ਹਰ ਠਹਿਰ ਵਿਕਾਊ ਹੈ ਸੱਜਣਾ ਹਰ ਰਿਸ਼ਤੇ ਉਹਲੇ ਧੋਖੇ ਦਾ ਕੋਈ ਕਹਿਰ ਵਿਕਾਊ ਹੈ ਸੱਜਣਾ। ਦੋਸਤੋ ਜਦੋਂ ਇਸ ਸੰਗ੍ਰਹਿ ਵਿਚਲੇ ਪ੍ਰਗੀਤ
आम मनुख नू दरपेश मनोसमाजिक समस्यावां ते विश्व चुनौतियां दा हल किसे विचारधारक फलसफे राही तलाश करते ने ता ये नतीजा सामने आता है कि श्री गुरु नानक देव जी का सर्व मनुख जाति लई कल्याणकारी विचारधारक फलसफा ही मनुखता नू इन्हां समस्यावां तों मुक्ति दवा सकता है। ये फलसफा जिथे हर तरह के अनंबरां दे खात्मे च सहाई हो सकता है उत्थे बंदे ते बंदे विचकार बनियां दूरियां भी मेट सकता है। उस दे मत अनुसार जे मनुखी जीवन बाबे नानक दे फलसफे की मूल धारणा किरत करो ते वंड छको नूं ही धारण कर लवे तां दुनिया दे सारे दुख कलेश मिट सकदे ने। नानक दे सारे सफरां ते एक गेड़ा लाया जावे लोकां दे उस मसीहे दे मकसद नूं अठाया जावे हर एक वखरेवे दे रोड़ां नूं राह चों हटाया जावे बंदे बंदे दे रिश्ते दा एक दीप जगाया जावे किरत करन ते वंड खान जिंदगी च वसाया जावे हर एक विरवे दे हिस्से इस मोह नूं पहुँचाया जावे। दोस्तों ये प्रगीतक कवितावां दे संग्रह च भाव पहले ते विचार दूसरे नंबर ते ने ते इन्हां विचला भावनावां दा वहन भर वगदे दरियावां वर्गा है। इन्हां विच प्रेरक भावनावां दी अखंडता पूरी तरह कायम रहिंदी है। इन्हां काव्य रचनावां नूं गुणगुनाया भी जा सकता है ते संगीत सुरां च वी ढालिया जा सकता है। भावें कई थाई भावां दा दोहराओ होया है पर भाषा दा सोहज आसानी नाल इस कमी नूं ढक लैंदा है। डॉक्टर मोहन त्यागी वालों इन्हां प्रगीत रचनावां दा कीता संपादन बहुत सजा है ते उस वालों लिखी संपादकी भी इन्हां विचली प्रगीकता नाल पूरा न्याय करदी है। सो मैं तुहानूं ये पुस्तक जरूर पढ़ने की सिफारिश करता हूँ।